ਕਿ ਬਹੁਤ ਸਾਰੇ ਲੋਕ ਹੈ ਉਹਨਾਂ ਦੀਆਂ ਇੱਛਾਵਾਂ ਬਹੁਤ ਵੱਡੀਆਂ ਨੇ, ਬਹੁਤ ਲੋਕ ਚਾਹੁੰਦੇ ਨੇ ਕਿ ਮੈਨੂੰ ਜ਼ਿੰਦਗੀ ਵਿੱਚ ਇਹ ਹਾਸਿਲ ਹੋਵੇ ਉਹ ਹਾਸਿਲ ਹੋਵੇ, ਪਰ ਹੁੰਦਾ ਕੁਛ ਨਹੀਂ ਹੈ। ਫਿਰ ਉਹਦੇ ਲਈ ਕਰਨਾ ਕੀ ਹੈ ਕਿ ਸਾਨੂੰ ਉਹ ਇੱਛਾਵਾਂ ਸਾਡੀਆਂ ਪੂਰੀਆਂ ਹੋਣ ਜੋ ਅਸੀਂ ਸੋਚੀਆਂ ਹੋਈਆਂ ਨੇ। ਤਾਂ ਉਹ ਸੋਚੀਆਂ ਹੋਈਆਂ ਇੱਛਾਵਾਂ ਕਿੱਦਾਂ ਪੂਰੀਆਂ ਹੋਣਗੀਆਂ, ਅੱਜ ਇਸ ਉੱਤੇ ਅਸੀਂ ਗੱਲ ਕਰਾਂਗੇ ਔਰ ਮੈਂ ਪੰਜਾਬੀ ਦੇ ਵਿੱਚ ਗੱਲ ਕਰਾਂਗੀ। ਤੁਹਾਨੂੰ ਗੱਲ ਦੱਸਣੀ ਆ ਮੈਂ ਉਹ ਇਸ ਤਰੀਕੇ ਦੀ ਹੈ ਕਿ ਬਹੁਤ ਸਾਰੇ ਲੋਕ, ਕਿਉਂਕਿ ਮੈਂ ਲੋਕਾਂ ਵਿੱਚ ਵਿਚਰਦੀ ਹਾਂ, ਮੈਂ ਭੈਣਾਂ ਦੇ ਵਿੱਚ ਵੀ ਰਹਿੰਦੀ ਹਾਂ, ਭਾਈਆਂ ਵਿੱਚ ਜਾਣ ਦਾ ਮੌਕਾ ਮਿਲਦਾ, ਬੱਚਿਆਂ ਵਿੱਚ, ਟੀਨੇਜ ਵਿੱਚ, ਨੌਜਵਾਨ ਯੂਥ ਦੇ ਵਿੱਚ ਜਾਣ ਦਾ ਮੌਕਾ ਮਿਲਦਾ, ਔਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਵਾਂ ਜਾਂ ਉਹਨਾਂ ਦੀਆਂ ਭਾਵਨਾਵਾਂ ਜਾਂ ਉਹਨਾਂ ਦੇ ਸਵਾਲ ਆ ਜਿਹੜੇ ਉਹ ਸਮਝ ਵਿੱਚ ਆਉਂਦੇ ਨੇ ਕਿ ਉਹ ਕੀ ਚਾਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ। ਫਿਲਹਾਲ ਅਸੀਂ ਇਸ ਟਾਈਮ ਮੈਂ ਗੁਰਦਾਸਪੁਰ ਸਿਟੀ ਦੇ ਵਿੱਚ, ਸੰਜਮ ਮੇਰੇ ਨਾਲ ਹੈ ਔਰ ਅਸੀਂ ਬੈਠੇ ਸੀ ਅਤੇ ਮੈਂ ਸੋਚ ਰਹੀ ਸੀ ਅੱਜ ਮੈਂ ਤੁਹਾਨੂੰ ਕੀ ਨਵਾਂ ਦੇਵਾਂ ਵੀਡੀਓ ਦੇ ਵਿੱਚ, ਤੁਹਾਨੂੰ ਕੀ ਨਵਾਂ ਦੱਸਾਂ ਜਿਹਦੇ ਨਾਲ ਤੁਸੀਂ ਇੱਕ ਸਿੱਖ ਪ੍ਰਾਪਤ ਕਰੋ ਅਤੇ ਜੋ ਇੱਛਾਵਾਂ ਤੁਹਾਡੇ ਜੀਵਨ ਦੇ ਵਿੱਚ ਹੈਗੀਆਂ ਨੇ ਬੜਾ ਕੁਛ ਪ੍ਰਾਪਤ ਕਰਨ ਦੀਆਂ ਅਤੇ ਉਹ ਬੜਾ ਕੁਛ ਕਿਤੇ ਰਹਿ ਨਾ ਜਾਵੇ ਉਹਨੂੰ ਕਿੱਦਾਂ ਹਾਸਿਲ ਕਰਨਾ, ਅਤੇ ਮੈਂ ਥੋੜ੍ਹੇ ਕੁਛ ਜਿਹੇ ਟਿਪਸ ਤੁਹਾਨੂੰ ਮੈਂ ਸ਼ੇਅਰ ਕਰਾਂਗੀ। ਕਿਉਂਕਿ ਅਸੀਂ ਪਿਛਲੇ ਦਿਨਾਂ ਤੋਂ ਲੈ ਕੇ ਜਾਣ ਕਿ 2023 ਦੇ ਵਿੱਚ ਲੈ ਕੇ ਔਰ 2024 ਦੇ ਵਿੱਚ ਐਂਟਰ ਕਰ ਚੁੱਕੇ ਹਾਂ, ਅਸੀਂ ਬਹੁਤ ਕੁਝ ਆਪਣੇ ਜੀਵਨ ਦੇ ਵਿੱਚ ਹਾਸਿਲ ਕੀਤਾ ਅਤੇ ਕਿੱਦਾਂ ਕਿੱਦਾਂ ਹਾਸਿਲ ਕੀਤਾ, ਇਹਦੇ ਕੀ ਕਾਰਨ ਸੀ ਅਤੇ ਉਹ ਸਭ ਕਾਰਨ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ। ਉਸ ਤੋਂ ਪਹਿਲਾਂ ਮੇਰੀ ਇੱਕ ਨਿਵੇਦਨ ਤੁਹਾਡੇ ਸਾਰਿਆਂ ਦੇ ਲਈ ਕਿ ਕਿਰਪਿਆ ਇਸ ਚੈਨਲ ਨੂੰ ਲਾਈਕ ਜ਼ਰੂਰ ਕਰਿਓ, ਸਬਸਕ੍ਰਾਈਬ ਕਰਿਓ ਐਂਡ ਸ਼ੇਅਰ ਜ਼ਰੂਰ ਕਰਿਓ, ਔਰ ਆਪਣੇ ਆਪਣੇ ਕਮੈਂਟਸ ਦੇ ਵਿੱਚ ਰਾਏ ਆਪਣੀ ਜ਼ਰੂਰ ਲਿਖਣਾ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ, ਠੀਕ ਹੈ। ਅਤੇ ਅੱਜ ਅਸੀਂ ਗੱਲ ਕਰਦੇ ਹਾਂ ਕਿ ਕਿੱਦਾਂ ਉਹਨਾਂ ਭਾਵਨਾਵਾਂ ਨੂੰ, ਉਹਨਾਂ ਇੱਛਾਵਾਂ ਨੂੰ ਪੂਰਾ ਕੀਤਾ ਜਾਵੇ। ਸਭ ਤੋਂ ਪਹਿਲਾਂ ਹੈ ਕਿ ਅਗਰ ਜੋ ਤੁਹਾਡੀ ਇੱਛਾ ਵਾ ਇੱਕ ਮੈਰਿਜ, ਇੱਕ ਅੱਛੀ ਮੈਰਿਜ ਰੱਖਣ ਦੇ ਲਈ, ਕਿਉਂਕਿ ਬਹੁਤ ਸਾਰੇ ਅੱਜ ਜੀਵਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਮੈਰਿਜ ਲਾਈਫ ਵਿੱਚ ਸਕਸੈਸ ਨਹੀਂ ਹੈ, ਮੈਰਿਜ ਲਾਈਫ ਹਸਬੈਂਡ ਵਾਈਫ ਦੀ ਆਪਸ ਵਿੱਚ ਬਣਦੀ ਨਹੀਂ ਹੈ, ਕੋਈ ਵੀ ਇਸ਼ੂ ਹੋ ਸਕਦੇ ਨੇ ਅਤੇ ਬਣਦੀ ਨਹੀਂ ਹੈ, ਜਾਂ ਕੋਈ ਜੋਬ ਲਈ ਜਾ ਰਿਹਾ ਅਤੇ ਉਹਦੀ ਜੋਬ ਸਕਸੈਸ ਨਹੀਂ ਹੁੰਦੀ, ਜਾਂ ਕੋਈ ਪੜ੍ਹਾਈ ਵਿੱਚ ਪੜ੍ਹ ਰਿਹਾ ਅਤੇ ਉਹ ਪੂਰੀ ਤਰ੍ਹਾਂ ਆਪਣਾ ਧਿਆਨ ਸਟੱਡੀ ਵਿੱਚ ਨਹੀਂ ਕਰ ਪਾ ਰਿਹਾ, ਜਾਂ ਕੋਈ ਮਿਹਨਤ ਕਰ ਰਿਹਾ ਉਹਨੂੰ ਫਲ ਨਹੀਂ ਮਿਲ ਰਿਹਾ, ਮਤਲਬ ਉਹਨੂੰ ਉਹਦਾ ਕਰਜ਼ ਬਹੁਤ ਹੈ, ਲੱਥ ਨਹੀਂ ਰਿਹਾ ਮਿਹਨਤ ਦੇ ਨਾਲ, ਅਤੇ ਕੀ ਕੀਤਾ ਜਾਵੇ। ਖੁਦਾਵੰਦ ਦੇ ਲੋਕੋ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗੀ, ਸਭ ਤੋਂ ਪਹਿਲਾਂ ਐਕਸ਼ਨ ਲੈਣਾ ਸਿੱਖੋ। ਜਦੋਂ ਅਸੀਂ ਐਕਸ਼ਨ ਨਹੀਂ ਲੈਂਦੇ ਉਦੋਂ ਸਾਰੇ ਕੰਮ ਧਰੇ ਦੇ ਧਰੇ ਰਹਿ ਜਾਂਦੇ ਨੇ। ਐਕਸ਼ਨ ਲੈਣਾ ਬਹੁਤ ਵੱਡੀ ਗੱਲ ਆ, ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਮੈਂ ਵਿਸ਼ਵਾਸ ਕਰਦਾ, ਮੈਂ ਫੇਥ ਕਰਦਾ, ਮੈਂ ਇੱਦਾਂ ਕਰਦਾ, ਫਿਰ ਵੀ ਕੰਮ ਨਹੀਂ ਹੁੰਦਾ। ਅਤੇ ਦੇਖੋ, ਇਕੱਲੇ ਵਿਸ਼ਵਾਸ ਦੇ ਨਾਲ ਗੱਲ ਨਹੀਂ ਬਣਨੀ ਹੈਗੀ, ਨਾਲ ਨਾਲ ਤੁਹਾਨੂੰ ਐਕਸ਼ਨ ਵੀ ਲੈਣਾ ਪਵੇਗਾ। ਐਕਸ਼ਨ ਤੁਹਾਨੂੰ ਲੈਣਾ ਪਏਗਾ ਜਿਸ 'ਤੇ ਤੁਸੀਂ ਮਿਹਨਤ ਕਰ ਰਹੇ ਹੋ, ਤੁਹਾਨੂੰ ਉੱਥੇ ਪੂਰਾ ਆਪਣਾ 100% ਐਫਰਟ ਡਾਲਣਾ ਪਏਗਾ, ਤੁਹਾਨੂੰ ਮਿਹਨਤ ਕਰਨੀ ਪਏਗੀ, ਫਿਰ ਹੀ ਤੁਹਾਨੂੰ ਉਹਦਾ ਰਿਜ਼ਲਟ ਮਿਲਣਾ। ਜਿੱਦਾਂ ਕਿ ਮੈਰਿਜ ਲਾਈਫ ਹੈ ਪ੍ਰੋਪਰ ਸਫਲ ਨਹੀਂ ਹੋ ਪਾ ਰਹੀ, ਜਾਂ ਹਸਬੈਂਡ ਵਾਈਫ ਦੀ ਆਪਸ ਵਿੱਚ ਨਹੀਂ ਬਣ ਰਹੀ, ਧਿਆਨ ਨਾਲ ਸੁਣਿਓ ਮੇਰੀ ਗੱਲ ਕਿ ਆਪਸ ਵਿੱਚ ਨਹੀਂ ਬਣ ਰਹੀ ਹਸਬੈਂਡ ਵਾਈਫ ਦੀ, ਤਾਂ ਉਹ ਕੀ ਕਾਰਨ, ਦੇਖੋ ਸਮਝਣ ਦੀ ਕੋਸ਼ਿਸ਼ ਕਰੋ ਔਰ ਐਕਸ਼ਨ ਲਓ ਆਪਣੇ ਉੱਤੇ। ਇਹ ਨਹੀਂ ਕਿ ਹਸਬੈਂਡ ਦੇ ਉੱਤੇ ਐਕਸ਼ਨ ਲੈਣਾ ਜਾਂ ਵਾਈਫ ਦੇ ਉੱਤੇ ਐਕਸ਼ਨ ਲੈਣਾ, ਐਕਸ਼ਨ ਇਹ ਨਹੀਂ, ਐਕਸ਼ਨ ਮਤਲਬ ਆਪਣੇ 'ਤੇ ਐਕਸ਼ਨ ਲੈਣਾ ਕਿ ਕਿਹੜੀ ਕਮੀ ਆ ਜਿਹੜੀ ਸਾਨੂੰ ਟਾਰਗੇਟ ਕਰ ਰਹੀ ਆ, ਹਸਬੈਂਡ ਵਾਈਫ ਦੇ ਰਿਲੇਸ਼ਨ ਨੂੰ ਖਰਾਬ ਕਰ ਰਹੀ ਹੋ, ਉਹਦੇ ਉਹਨੂੰ ਸੋਚਣਾ ਅਤੇ ਉਹ 'ਤੇ ਐਕਸ਼ਨ ਲੈਣਾ, ਉਹ 'ਤੇ ਕੰਮ ਕਰਨਾ, ਆਪਣੀ ਕਮੀ ਨੂੰ ਕਬੂਲ ਕਰਨਾ, ਆਪਣੀ ਕਮੀ ਦੀ ਗਲਤੀ ਨੂੰ ਮੰਨਣਾ। ਕਿਉਂਕਿ ਜਿਹੜਾ ਇਨਸਾਨ ਆਪਣੀ ਕਮੀ ਦੀ ਗਲਤੀ ਨੂੰ ਮੰਨ ਲੈਂਦਾ ਨਾ,
ਉਹਦੇ ਐਟੋਮੈਟ ਸਾਰੇ ਰਸਤੇ ਖੁੱਲ੍ਹ ਜਾਂਦੇ ਨੇ ਕਿਉਂਕਿ ਉਸਨੇ ਆਪਣੀ ਕਮੀ ਨੂੰ ਐਕਸੈਪਟ ਕਰ ਲਿਆ। ਮੋਸਟਲੀ ਅੱਜ ਲੋਕ ਕੀ ਕਰਦੇ ਨੇ ਕਿ ਆਪਣੀ ਕਮੀ ਨੂੰ ਕੋਈ ਵੀ ਕਬੂਲ ਨਹੀਂ ਕਰਨਾ ਚਾਹੁੰਦਾ, ਉਹ ਕਹਿੰਦਾ ਕਿ ਨਹੀਂ ਮੈਂ ਸਹੀ ਹਾਂ, ਉਹ ਅਗਲਾ ਹੀ ਗਲਤ ਆ। ਨਹੀਂ, ਇੱਦਾਂ ਕਦੀ ਨਹੀਂ ਹੁੰਦਾ ਹੈਗਾ। ਅਗਰ ਦੇਖੋ ਪੁਰਾਣੇ ਬਜ਼ੁਰਗ ਸਾਡੇ ਕਿਹਾ ਕਰਦੇ ਸੀ, ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ, ਹੈ ਨਾ। ਸੱਚੀ ਗੱਲ ਹੈ, ਇੱਕ ਹੱਥ ਨਾਲ ਕਦੀ ਵੀ ਤਾੜੀ ਨਹੀਂ ਵੱਜਦੀ ਹੈਗੀ। ਕਿਤੇ ਨਾ ਕਿਤੇ ਗਲਤੀਆਂ ਸਾਡੀਆਂ ਵੀ ਹੁੰਦੀਆਂ ਨੇ ਜਿਹਦੇ ਕਰਕੇ ਅਸੀਂ ਉਸ ਹਿੱਸੇ ਵਿੱਚ ਸਕਸੈਸਫੁਲ ਨਹੀਂ ਹੋ ਪਾਉਂਦੇ। ਇਸ ਲਈ ਆਪਣੀ ਕਮੀ ਦੇ ਉੱਤੇ ਐਕਸ਼ਨ ਲੈਣਾ, ਕੰਮ ਕਰਨਾ ਕਿ ਉਹ ਕਮੀ ਕਿਹੜੀ ਹੈ ਜਿਹੜੀ ਮੈਨੂੰ ਸਕਸੈਸ ਹੋਣ ਤੋਂ ਰੋਕ ਰਹੀ ਹੈ, ਮੇਰੇ ਪਤੀ ਦੇ ਨਾਲ, ਮੇਰੀ ਪਤਨੀ ਦੇ ਨਾਲ ਜੋ ਰਿਲੇਸ਼ਨਸ਼ਿਪ ਅੱਛਾ ਨਹੀਂ ਬਣ ਰਿਹਾ, ਉਸ ਕਮੀ ਨੂੰ ਲੱਭ ਕੇ ਉਹਦੇ ਉੱਤੇ ਐਕਸ਼ਨ ਲੈਣਾ, ਠੀਕ ਹੈ। ਸੈਕੰਡ ਪੁਆਇੰਟ ਅਸੀਂ ਗੱਲ ਕਰਾਂਗੇ ਕਿ ਜਦੋਂ ਤੁਸੀਂ ਐਕਸ਼ਨ ਲੈਣ ਦੇ ਹੋਗੇ ਤਾਂ ਕਦੀ ਵੀ ਇੱਕ ਦੂਸਰੇ ਨੂੰ ਫੋਰਸ ਨਹੀਂ ਕਰਨਾ ਕਿ ਦੇਖ ਮੈਂ ਇੱਦਾਂ ਕੀਤਾ, ਦੇਖ ਮੈਂ ਇੱਦਾਂ ਕੀਤਾ, ਮੈਂ ਤਾਂ ਇੰਨਾ ਕੁਛ ਕਰ ਲਿਆ, ਤੁਸੀਂ ਮੇਰੇ ਲਈ ਕੀ ਕੀਤਾ, ਤੁਸੀਂ ਮੇਰੇ ਲਈ ਕੀ ਕੀਤਾ। ਕਦੇ ਵੀ ਇਹਨਾਂ ਗੱਲਾਂ ਨੂੰ ਜ਼ਾਹਰ ਨਹੀਂ ਕਰਨਾ, ਐਕਸ਼ਨ ਜਦੋਂ ਵੀ ਲੈਣਾ ਆਪਣੀ ਕਮੀ ਦੇ ਉੱਤੇ ਤਾਂ ਆਪਣੇ ਅੰਦਰ ਰਹਿਣਾ, ਮਤਲਬ ਆਪਣੇ ਇੰਟਰਨਲ ਵਿੱਚ ਤੁਸੀਂ ਸੋਚਣਾ ਹੈ ਕਿ ਮੈਂ, ਮੇਰੀ ਇਹ ਕਮੀ ਹੈ ਅਤੇ ਮੈਂ ਤਾਂ ਵਰਕ ਕਰਿਆ। ਅਗਲੇ ਬੰਦੇ ਨੂੰ ਪਤਾ ਨਾ ਲੱਗੇ ਕਿ ਤੁਹਾਡੇ ਵਿੱਚ ਕਮੀ ਕੀ ਹੈ, ਉਹਨੂੰ ਉਦੋਂ ਪਤਾ ਲੱਗੇ ਕਿ ਜਦੋਂ ਸੱਚਮੁੱਚ ਤੁਸੀਂ ਸਕਸੈਸ ਹੋ ਗਏ, ਉਹ ਤੁਹਾਡਾ ਰਿਸ਼ਤਾ ਅੱਛਾ ਹੋ ਗਿਆ, ਅਤੇ ਉਹਨੂੰ ਪਤਾ ਲੱਗੇ ਕਿ ਇਹ ਬੰਦੇ 'ਚ ਉਹ ਕਮੀਆਂ ਤਾਂ ਹੈ ਹੀ ਨਹੀਂ ਜੋ ਮੈਂ ਮੈਨੂੰ ਪਹਿਲੇ ਲੱਭਦੀਆਂ ਸੀ, ਇਹ ਕਮੀਆਂ ਕਿੱਥੇ ਗਈਆਂ। ਅਗਲੇ ਬੰਦੇ ਨੂੰ ਰੀਅਲਾਈਜ਼ ਹੋਵੇ ਕਿ ਹਾਂ ਕਿ ਇਹ ਬੰਦੇ 'ਚ ਕਮੀਆਂ ਨਹੀਂ ਹੈਗੀਆਂ। ਜਦੋਂ ਉਹ ਇਨਸਾਨ ਇਸ ਗੱਲ ਨੂੰ ਸਮਝ ਲਏਗਾ ਨਾ, ਚਾਹੇ ਤੁਹਾਡਾ ਹਸਬੈਂਡ ਆ, ਤੁਹਾਡੀ ਵਾਈਫ, ਉਹ ਸਮਝ ਲਏਗੀ ਕਿ ਅੱਛਾ ਜੀ ਠੀਕ ਹੈ, ਮੈਨੂੰ ਇਹਦੇ 'ਚ ਬਹੁਤ ਬਦਲਾਵ ਦਿਖ ਰਿਹਾ, ਅਤੇ ਫਿਰ ਗੱਲ ਬਣਦੀ। ਜਦੋਂ ਅਗਲਾ ਬੰਦਾ ਕਹੇ ਕਿ ਮੈਨੂੂੰ ਬਦਲਾਵ ਦਿਖ ਰਿਹਾ, ਫਿਰ ਦੇਖੋ ਤੁਹਾਡੇ ਰਿਸ਼ਤੇ ਕਿੱਦਾਂ ਪਟੜੀ 'ਤੇ ਆਉਂਦੇ ਨੇ। ਹੁਣ ਇਹ ਸੇਮ ਹੀ ਗੱਲ ਇਹ ਚੱਲਦੀ ਆ ਸਟੱਡੀ ਕਰਨ ਵਾਲਿਆਂ 'ਤੇ, ਸੇਮ ਹੀ ਗੱਲ ਚੱਲਦੀ ਆ ਜੋਬ ਲੱਭਣ ਵਾਲਿਆਂ 'ਤੇ, ਸੇਮ ਹੀ ਗੱਲ ਲਾਗੂ ਹੁੰਦੀ ਹੈ ਕਿ ਅਗਰ ਤੁਸੀਂ ਸਟੱਡੀ ਕਰ ਰਹੇ ਹੋ, ਤੁਹਾਡਾ ਫੋਕਸ ਨਹੀਂ ਬਣ ਰਿਹਾ, ਤੁਸੀਂ ਸਹੀ ਮਾਰਕਸ ਨਹੀਂ ਲੈ ਪਾ ਰਹੇ ਆਪਣੀ ਸਟੱਡੀ ਦੇ ਵਿੱਚ, ਅਤੇ ਉਸ ਕਮੀ ਨੂੰ ਕਬੂਲ ਕਰੋ, ਐਕਸੈਪਟ ਕਰੋ। ਹੋ ਸਕਦਾ ਕਿ ਤੁਸੀਂ ਉਸ ਲੈਵਲ ਦੀ ਪੜ੍ਹਾਈ ਨਹੀਂ ਕਰ ਰਹੇ ਹੋ ਸਕਦਾ ਤੁਹਾਡਾ ਮਾਇੰਡ ਫੋਕਸ ਨਹੀਂ ਕਰ ਰਿਹਾ ਉਹਨਾਂ ਚੀਜ਼ਾਂ ਨੂੰ, ਤਾਂ ਉਹਨਾਂ ਨੂੰ ਫੋਕਸ ਕਿਹਨੇ ਲਿਆਉਣਾ, ਤੁਸੀਂ ਖੁਦ ਹੀ ਲੈ ਕੇ ਆਉਣਾ, ਖੁਦ ਹੀ ਤੁਹਾਨੂੰ ਟਾਈਮ ਕੱਢਣਾ ਪੈਣਾ। ਫ੍ਰੀ ਦੇ ਵਿੱਚ ਇਸ ਦੁਨੀਆਂ ਦੇ ਵਿੱਚ ਤੁਹਾਨੂੰ ਕੁਛ ਵੀ ਨਹੀਂ ਮਿਲਣਾ, ਫ੍ਰੀ ਦੇ ਵਿੱਚ ਕੋਈ ਵੀ ਤੁਹਾਨੂੰ ਕੋਈ ਰੋਟੀ ਖਵਾ ਕੇ ਤੁਹਾਨੂੰ ਰਾਜ਼ੀ ਨਹੀਂ ਹੈ, ਫ੍ਰੀ 'ਚ ਕੁਛ ਨਹੀਂ ਮਿਲਣਾ, ਤੁਹਾਨੂੰ ਮਿਹਨਤ ਕਰਨੀ ਪੈਣੀ ਆ। ਆਪਣੀ ਕਮੀ ਨੂੰ ਲੱਭੋ, ਜਾਂ ਤੁਸੀਂ ਪੜ੍ਹ ਰਹੇ ਹੋ, ਕੀ ਪੜ੍ਹ ਰਹੇ ਹੋ, ਕੀ ਜ਼ਰੂਰੀ ਹੈ ਤੁਹਾਡੇ ਲਈ ਪੜ੍ਹਨਾ, ਕਿਹੜਾ ਸਿਲੇਬਸ ਪਹਿਲਾਂ ਵਾ, ਕਿਹੜਾ ਸਿਲੇਬਸ ਬਾਅਦ 'ਚ, ਇਹ ਕਮੀਆਂ ਨੂੰ ਲੱਭਣਾ, ਪਹਿਲਾਂ ਫੋਕਸ ਕਰਨਾ ਕਮੀ 'ਤੇ। ਜਦੋਂ ਤੁਸੀਂ ਆਪਣੀ ਕਮੀ ਨੂੰ ਲੱਭ ਲਿਆ, ਤੁਸੀਂ ਐਟੋਮੈਟਿਕ ਉਸ ਲੈਨ 'ਤੇ, ਉਸ ਪਟਰੀ 'ਤੇ ਆ ਜਾਣਾ ਜਿਹੜੀ ਸਕਸੈਸ ਨੂੰ ਜਾਂਦੀ ਹੋਵੇਗੀ। ਔਰ ਸੇਮ ਉਹੀ ਮਜ਼ਦੂਰਾਂ ਦੇ ਲਈ, ਜਾਂ ਮੇਰੇ ਭਾਈ ਜਿਹੜੇ ਕਰਜ਼ੇ ਵਿੱਚ ਨੇ, ਉਹਨਾਂ ਦੇ ਲਈ ਕੀ ਹੋਏ, ਉਹ ਕੀ ਕਰਨ। ਦੇਖੋ ਕਰਜ਼ ਜਦੋਂ ਜਿਹਦੇ ਇਨਸਾਨ ਦੇ ਉੱਤੇ ਹੁੰਦਾ ਨਾ, ਪਤਾ ਉਹਨੂੰ ਹੁੰਦਾ ਹੈ ਨਾ ਕਿ ਉਹ ਕਰਜ਼ੇ ਕਿੱਦਾਂ ਉਹਨੂੰ ਸਤਾ ਰਿਹਾ, ਲੱਥ ਨਹੀਂ ਰਿਹਾ। ਸਭ ਤੋਂ ਪਹਿਲਾਂ ਅਗਰ ਹੁਣ ਚਲੋ ਕਰਜ਼ ਲੈ ਹੀ ਲਿਆ ਹੈ ਨਾ, ਹੁਣ ਕਰਜ਼ ਨੂੰ ਉਤਾਰਨਾ ਕਿੱਦਾਂ, ਕਰਜ਼ ਨੂੰ ਉਤਾਰਨਾ ਵਾ ਆਪਣੇ ਆਪ 'ਤੇ ਫੋਕਸ ਕਰਕੇ, ਇੱਕ ਜ਼ਿੰਮੇਵਾਰੀ ਸਮਝ ਕੇ, ਕਿਉਂਕਿ ਅਸੀਂ ਢਿੱਲੇ ਪੈ ਜਾਂਦੇ ਹਾਂ ਕਰਜ਼ ਨੂੰ ਲਾਹਣ ਦੇ ਬਾਰੇ, ਢਿੱਲੇ ਪੈ ਜਾਂਦੇ ਹਾਂ। ਅਸੀਂ ਆਪਣੇ ਕੀ ਕਰਨਾ, ਆਪਣੇ ਖਰਚੇ ਨੂੰ ਮੇਨਟੇਨ ਰੱਖਣਾ, ਆਪਣੇ ਵੱਲ ਧਿਆਨ, ਜਿੱਦਾਂ ਪਹਿਲਾਂ ਮੈਂ ਦੱਸਿਆ ਕਿ ਆਪਣੀ ਗਲਤੀ ਵੱਲ ਧਿਆਨ ਦੇਣਾ ਕਿ ਕਿੱਥੇ ਚੂਕ ਹੋ ਰਹੀ ਹੈ, ਕਿ ਮੈਨੂੰ ਵਾਰ ਵਾਰ ਕਰਜ਼ਾ ਲੈਣਾ ਪੈ ਰਿਹਾ। ਅਸੀਂ ਦੁਨੀਆਂਚਾਰੀ ਵਿੱਚ ਮਿਲ ਕੇ ਦੁਨੀਆਂ ਵਰਗੇ ਬਣ ਜਾਂਦੇ ਹਾਂ, ਅਸੀਂ ਆਪਣੀ ਚਾਦਰ ਵੱਲ ਧਿਆਨ ਨਹੀਂ ਦਿੰਦੇ ਕਿ ਮੈਨੂੰ ਕਿੰਨੀ ਚਾਦਰ ਅਤੇ ਕਿੰਨੇ ਪੈਰ ਪਸਾਰਨੇ ਚਾਹੀਦੇ ਆ। ਭੈਣ ਦਾ ਵਿਆਹ ਆ ਗਿਆ, ਉਹ ਵਿਆਹ ਉਹਦਾ ਆ ਗਿਆ, ਉਹਦਾ ਅਚਾਨਕ ਖਰਚੇ ਪੈ ਗਏ, ਕਿੱਥੋਂ ਖਰਚੇ ਹੋਣ, ਫਿਰ ਕਹਿੰਦੇ ਕਰਜ਼ਾ ਲੈ ਲਿਆ। ਕਰਜ਼ਾ ਕਿਉਂ ਲੈਣਾ, ਸਿੱਧੀ ਗੱਲ ਬੋਲੋ, ਸਿੰਪਲ ਵਿਆਹ
ਤੁਸੀਂ ਜਾਓ ਸਿੰਪਲ ਤਰੀਕੇ ਨਾਲ, ਫਾਲਤੂ ਖਰਚਾ ਨਾ ਕਰੋ, ਔਰ ਅਗਲੇ ਨੂੰ ਵੀ ਦੱਸੋ ਕਿ ਬਈ ਇੰਨੀ ਮੇਰੀ ਗੁਜ਼ਾਰਿਸ਼ ਆ, ਇੰਨਾ ਕਰ ਸਕਦਾ ਬਈ, ਇੰਨਾ ਅੱਗੋਂ ਮੈਂ ਨਹੀਂ ਕਰ ਸਕਦਾ। ਕੁਝ ਸਮੇਂ ਲਈ ਉਹ ਰਿਸ਼ਤੇਦਾਰ ਤੁਹਾਡੇ ਨਾਲ ਨਾਰਾਜ਼ ਹੋ ਜਾਏਗਾ ਕਿ ਇਹਨੇ ਜ਼ਿਆਦਾ ਅੱਛਾ ਨਹੀਂ ਕੀਤਾ, ਜਾਂ ਇਹਨੂੰ ਚਾਹੀਦਾ ਸੀ ਮੇਰਾ ਖਿਆਲ ਰੱਖਣਾ, ਉਹਨੇ ਨਹੀਂ ਕੀਤਾ। ਬਟ ਮੇਰੀ ਗੱਲ ਧਿਆਨ ਨਾਲ ਸੁਣਿਓ, ਕਿਸੇ ਨੇ ਵੀ ਤੁਹਾਡੇ ਲਈ ਅੱਗੇ ਨਹੀਂ ਖੜੇ ਹੋਣਾ, ਤੁਹਾਨੂੰ ਉਸ ਵਕਤ ਐਸੇ ਕੁਝ ਸਟੈਂਡ ਲੈਣੇ ਪੈਂਦੇ ਜਿਹੜੇ ਤੁਹਾਨੂੰ ਕਰਜ਼ੇ ਤੋਂ ਦੂਰ ਰੱਖਣਗੇ। ਤੁਹਾਨੂੰ ਧਿਆਨ ਰੱਖਣਾ ਪਏਗਾ ਆਪਣੇ ਆਪ, ਆਪਣੇ ਬੈਲੈਂਸ ਦਾ ਧਿਆਨ ਰੱਖਣਾ ਪਏਗਾ ਕਿ ਮੇਰੇ ਕੋਲ ਇੰਨਾ ਬੈਲੈਂਸ ਆ ਅਤੇ ਮੈਂ ਇੰਨੇ ਬੈਲੈਂਸ ਨਾਲ ਇੰਨਾ ਕੰਮ ਕਰਨਾ। ਜਦ ਤੱਕ ਤੁਸੀਂ ਧਿਆਨ ਨਹੀਂ ਰੱਖੋਗੇ ਇਹਨਾਂ ਛੋਟੀ ਛੋਟੀਆਂ ਚੀਜ਼ਾਂ ਨੂੰ, ਤਾਂ ਤੁਸੀਂ ਕਰਜ਼ੇ ਵਿੱਚ ਕਦੀ ਵੀ ਬਾਹਰ ਨਹੀਂ ਆਓਗੇ। ਮੈਂ ਤੁਹਾਨੂੰ ਜਲਦੀ ਇੱਕ ਕਰਜ਼ੇ ਦੇ ਉੱਤੇ ਇੱਕ ਵੀਡੀਓ ਦੇਵਾਂਗੀ, ਕਿਉਂਕਿ ਮੇਰੇ ਪਿਛਲੇ ਸਾਲ ਮੇਰੇ ਵੀ 2023 ਦੇ ਵਿੱਚ ਮੇਰੇ ਉੱਤੇ ਬਹੁਤ ਜ਼ਿਆਦਾ ਕਰਜ਼ਾ ਸੀ, ਆਈ ਥਿੰਕ 7 ਲੱਖ ਦਾ ਕਰਜ਼ਾ ਸੀ। ਅਸੀਂ ਕਿੱਦਾਂ ਬਾਹਰ ਆਏ ਉੱਥੇ 7 ਲੱਖ ਦੇ ਕਰਜ਼ੇ ਦੇ ਵਿੱਚੋਂ, ਅਤੇ ਮੈਂ ਕਰਜ਼ੇ ਦੇ ਵਿੱਚੋਂ ਕਿੱਦਾਂ ਬਾਹਰ ਆਏ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ। ਇਸ ਲਈ ਪਰ ਇਹਨਾਂ ਚੀਜ਼ਾਂ ਨੂੰ ਫੋਲੋ ਕਰੋ ਅਗਰ ਤੁਸੀਂ ਸਕਸੈਸ ਦੇਖਣਾ ਚਾਹੁੰਦੇ ਹੋ। ਦੇਖੋ ਇਹਦੇ 'ਚ ਬਾਈਬਲ ਵਿੱਚ ਵੀ ਦੱਸਿਆ ਹੋਇਆ ਕਿ ਕਿੱਦਾਂ ਬਾਹਰ ਆਉਣਾ, ਕਿੱਦਾਂ ਅਸੀਂ ਆਪਣਾ ਇੱਕ ਲਾਈਫ ਸਟਾਈਲ ਕਿੱਦਾਂ ਜੀਣਾ, ਅਸੀਂ ਦੁਨੀਆ ਵਰਗਾ ਲਾਈਫ ਸਟਾਈਲ ਨਹੀਂ ਜੀਣਾ ਕਿ ਜਿਹਦੇ ਵਿੱਚ ਅਸੀਂ ਕਰਜ਼ੇ ਵਿੱਚ ਚੱਲੀਏ, ਡਿਪਰੈਸ਼ਨ ਚੱਲੀਏ, ਆਪਣੀ ਮੈਰਿਜ ਲਾਈਫ ਨੂੰ ਖਰਾਬ ਕਰ ਲਈਏ। ਤਾਂ ਅੱਜ ਦਾ ਮੇਰਾ ਜੋ ਮੇਨ ਟੋਪਿਕ ਸੀ ਕਿ ਤੁਸੀਂ ਸਫਲਤਾ ਨੂੰ ਹਾਸਲ ਕਿਉਂ ਨਹੀਂ ਕਰ ਪਾ ਰਹੇ। ਸਫਲਤਾ ਇਸ ਲਈ ਨਹੀਂ ਮਿਲਦੀਆਂ ਕਿਉਂਕਿ ਕਮੀਆਂ ਸਾਡੇ ਵਿੱਚ ਹੀ ਹੁੰਦੀਆਂ ਨੇ। ਦੂਸਰਾ ਬੰਦਾ ਸਕਸੈਸ ਲੈ ਜਾਂਦਾ ਵਾ ਔਰ ਅਸੀਂ ਮੂੰਹ ਬਸ ਵੇਖਦੇ ਰਹਿੰਦੇ ਉਹਦੇ ਵੱਲ ਕਿ ਸਾਨੂੰ ਕੀ ਗੱਲ ਆ, ਪਰ ਅਸੀਂ ਆਪਣੀ ਕਮੀਆਂ ਨੂੰ ਐਕਸੈਪਟ ਨਹੀਂ ਕਰਦੇ ਅਤੇ ਫਿਰ ਦੂਸਰਿਆਂ ਦੇ ਫਿਰ ਅਸੀਂ ਬਲੇਮ ਲਗਾਵਾਂਗੇ ਕਿ ਵੇਖ ਉਹਦੇ ਸਾਹਮਣੇ ਕਾਰਾਂ ਨੇ, ਉਹਦੇ ਕੋਠੀਆਂ ਨੇ, ਉਹ ਅੱਛਾ ਜ਼ਿੰਦਗੀ ਜੀ ਰਿਹਾ, ਕਿਉਂਕਿ ਉਹਨੇ ਆਪਣੀ ਲਾਈਫ ਨੂੰ ਮੇਨਟੇਨ ਕਰਕੇ ਰੱਖਿਆ ਅਤੇ ਅਸੀਂ ਆਪਣੀ ਲਾਈਫ ਨੂੰ ਮੇਨਟੇਨ ਨਹੀਂ ਕਰਕੇ ਰੱਖਿਆ। ਅਸੀਂ ਆਪਣੀ ਕਮੀਆਂ ਵੱਲ ਝਾਂਤੀ ਨਹੀਂ ਮਾਰਦੇ, ਅਸੀਂ ਫੁੱਲੀ ਦੇ ਵਿੱਚ ਜ਼ਿਆਦਾ ਆ ਜਾਂਦੇ ਹਾਂ ਅਤੇ ਜ਼ਿਆਦਾ ਆਪਣੇ ਆਪ ਨੂੰ ਦਿਖਾਵੇ ਵਿੱਚ ਲੈ ਜਾਂਦੇ ਹਾਂ, ਅਤੇ ਇੱਦਾਂ ਦੇ ਕੰਮ ਅਸੀਂ ਨਹੀਂ ਕਰਨੇ ਜ਼ਿਆਦਾ ਦਿਖਾਵੇ ਦੇ ਵਿੱਚ, ਜਾਂ ਆਪਣੀ ਕਮੀਆਂ ਨੂੰ ਅਸੀਂ ਖੁਦ ਹੀ ਖਤਮ ਕਰਨਾ। ਮੇਰਾ ਵਿਸ਼ਵਾਸ ਹੈ ਜੀ ਛੋਟੀ ਜਿਹੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਤੁਸੀਂ ਸਫਲਤਾ ਕਿੱਦਾਂ ਹਾਸਲ ਕਰ ਸਕਦੇ ਹੋ, ਕਿੱਦਾਂ ਕਰਜ਼ ਤੋਂ ਬਾਹਰ ਆ ਸਕਦੇ ਹੋ, ਕਿੱਦਾਂ ਇੱਕ ਆਪਣੀ ਲਾਈਫ ਨੂੰ ਤੁਸੀਂ ਸੈਟਲ ਕਰ ਸਕਦੇ ਹੋ। ਵੀਡੀਓ ਅੱਛੀ ਥੋੜ੍ਹੀ ਜਿਹੀ ਵੀ ਲੱਗੀ ਹੋਏ ਨਾ ਤਾਂ ਜ਼ਰੂਰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਭੇਜਣੀ। ਠੀਕ ਹੈ, ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ, ਗੋਡ ਬਲੈਸ ਯੂ।